ਜੇ ਤੁਸੀਂ ਮਿਲਾਦ ਮਨਾਇਆ ਇੱਕ ਮਿਲਾਦ ਉੱਥੇ ਵੀ ਹੋਇਆ ਉੱਥੇ ਜਿੱਥੇ ਜਗ੍ਹਾ ਥੁੜ ਗਈ ਜਗ੍ਹਾ ਥੁੜ ਗਈ ਤੇ ਨਾਲ ਇੱਕ ਯਹੂਦੀ ਔਰਤ ਦਾ ਘਰ ਸੀ ਉਹਨੂੰ ਪਤਾ ਲੱਗਾ ਕਿ ਆਪਣੇ ਪੈਗੰਬਰ ਦਾ ਜ਼ਿਕਰ ਪੇ ਸੁਣਦੇ ਨੇ ਉਹਨੇ ਚਾਦਰ ਫੜੀ ਤੇ ਚਾਦਰ ਫੜ ਕੇ ਨਾ ਉਹਨੇ ਕਿਹਾ ਚਾਦਰ ਮੇਰੇ ਕੋਲ ਲੈ ਲਓ ਤੇ ਆਪਣੇ ਪੈਗੰਬਰ ਦਾ ਜ਼ਿਕਰ ਬਹਿ ਕੇ ਸੁਣ ਲੈ ਕੇ ਚਾਦਰ ਦਿੱਤੀ ਜਦੋਂ ਚਾਦਰ ਸਾਰੇ ਸਾਹਿਬ ਦਿੱਤੀ ਨਾ ਉਹਨੇ ਚਾਦਰ ਦਿੱਤੀ ਤੇ ਦੇ ਕੇ ਘਰ ਚਲੇ ਗਈ ਜਦੋਂ ਘਰ ਚਲੇ ਗਈ ਨਾ ਮਹਿਫਲ ਆਪਣੇ ਅਰੂਜ ਤੇ ਜਦੋਂ ਮਹਿਫਲ ਮੁਨਕਤ ਹੋਈ ਨਾ ਤੇ ਉਸਨੇ ਮੁਸਲਮਾਨ ਨੇ ਚਾਦਰ ਫੜੀ ਉਹਨੇ ਕਿਹਾ ਚਾਦਰ ਸਾਡੀ ਨਹੀਂ ਲੱਗਦੀ ਪਤਾ ਨਹੀਂ ਕੀਤੀ ਇਹ ਨਾਲ ਦੇ ਘਰ ਦੀ ਨਾ ਹੋਵੇ ਉਹਨੇ ਜਾ ਕੇ ਦਰਵਾਜ਼ਾ ਖੜਕਾਇਆ ਉਹਨੇ ਕਿਹਾ ਚਾਦਰ ਤੂੰ ਤੇ ਨਹੀਂ ਦਿੱਤੀ ਔਰਤ ਕਹਿਣ ਲੱਗੀ ਚਾਦਰ ਮੈਂ ਹੀ ਦਿੱਤੀ ਕਹਿੰਦਾ ਲੈ ਲੈ ਤੇਰੀ ਬੜੀ ਮਿਹਰਬਾਨੀ ਤੂੰ ਸਾਡੇ ਮਿਲਾਦ ਦੀ ਖੁਸ਼ੀ ਚਾਦਰ ਦਿੱਤੀ ਯਹੂਦੀ ਔਰਤ ਨੇ ਚਾਦਰ ਲੈ ਲਈ ਦੂਜੇ ਮੇਰੇ ਯਹੂਦੀ ਔਰਤ ਨੇ ਚਾਦਰ ਲੈ ਲਈ ਜਦੋਂ ਚਾਦਰ ਲੈ ਲਈ ਬਿਸਤਰੇ ਤੇ ਲੇਟੀ ਅੱਖ ਲੱਗੀ ਮੁਕੱਦਰ ਜਾ ਕੇ ਕਮਲੀ ਵਾਲਾ ਆ ਗਿਆ ਮੇਰੇ ਆਕਾ ਨੇ ਫਰਮਾਇਆ ਪੜ ਕਲਮਾ ਕਿਆ ਤੁਸੀਂ ਕੌਣ ਜੀ ਮੇਰੇ ਆਕਾ ਨੇ ਫਰਮਾਇਆ ਸੀ ਉਹ ਹੋਈਆਂ ਜਿਹਦੇ ਮਿਲਾਦ ਦੀ ਖੁਸ਼ੀ ਦੇ ਅੰਦਰ ਚਾਦਰ ਦਿੱਤੀ ਬੋਲੋ ਬੋਲੋ ਸੁਭਾਨ ਅੱਲਾ ਅੱਲਾ ਦੇ ਦੀਵਾਨ ਮੇਰੇ ਆਕਾ ਨੇ ਫਰਮਾਇਆ ਪੜ ਕਲਮਾ ਜਦੋਂ ਕਲਮਾ ਪੜਾਇਆ ਸੁਭਾਈ ਉੱਠੀ ਕੱਪੜੇ ਬਨ ਲੈ ਚੱਲਣ ਲੱਗੀ ਅੱਗੋਂ ਖਾਵਦ ਆ ਗਿਆ ਕਹਿਣ ਲੱਗਾ ਕਿੱਥੇ ਚੱਲੀਏ ਕਿਆ ਪਰੇ ਹਟ ਜਾ ਤੇਰਾ ਮੇਰਾ ਤਲ ਕੀਏ ਮੈਂ ਮੁਸਲਮਾਨ ਇੰਜ ਨਹੀਂ ਮੈਂ ਪੜਾਣਾ
ਸਮਝ ਹੈ ਮੇਰੇ ਹਾਂ ਹਜ਼ੂਰ ਦੇ ਆਸ਼ਿਕ ਨਬੀ ਨਾਲ ਪਿਆਰ ਕਰਦੇ ਆ ਹੁਣ ਬੋਲੋ ਆ ਚੁੱਕੇ ਜਿਹੜਾ ਥੱਕੇ ਨੇ ਜਿਹੜੇ ਕਹਿੰਦਾ ਤਕਰੀਰ ਚਾਲੀ ਰੱਖੀ ਉਹ ਬੋਲੋ ਸੁਭਾਨ ਅੱਲਾਹ ਛੱਡ ਦਿਓ ਬੋਲੋ ਸੁਭਾਨ ਅੱਲਾਹ ਬੱਚੇ ਜਿਹੜੇ ਕਹਿੰਦੇ ਜਾਰੀ ਰੱਖੀ ਉਹ ਹੱਥ ਚੁੱਕ ਕੇ ਬੋਲੋ ਹਾਂ ਸੁਭਾਨ ਅੱਲਾਹ ਸੁਭਾਨ ਅੱਲਾਹ ਤਾਂ ਜੋ ਹੈ ਮੇਰੇ ਹੱਥ ਸੁਭਾਨ ਅੱਲਾਹ